ਮੁਰਦਾਬਾਦ 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 ਨਸ਼ੇ ਨੂੰ ਬੰਦ ਕਰੋ ਬੰਦ ਕਰੋ ਸਟੇਟ ਪਾਵਰ ਦੀ ਇਹ ਇੱਛਾ ਕਿ ਨਸ਼ਾ ਤਸਕਰੀ ਚਲਦੀ ਰਹੇ ਪੰਜਾਬ ਦੇ ਵਿੱਚ ਪੁਲਿਸ ਸਿਆਸੀ ਤੇ ਨਸ਼ਾ ਸਮਗਲਰਾਂ ਦਾ ਗੱਠਜੋੜ ਬਣਿਆ ਹੋਇਆ ਜੋ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਵੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਵੀ ਬਾਦਸਤੂਰ ਜਾਰੀ ਹੈ ਜਿੰਨਾ ਸਮਾਂ ਇਹ ਗੱਠਜੋੜ ਨਹੀਂ ਖਤਮ ਕੀਤਾ ਜਾਂਦਾਗਾ ਤੇ ਜਿਹੜੀ ਸਟੇਟ ਪਾਵਰ ਦੀ ਇਹ ਇੱਛਾ ਤੇ ਲੋੜ ਆ ਨਸ਼ਾ ਤਸਕਰੀ ਚਲਦੀ ਰਹੇ ਜਿੰਨਾ ਸਮਾਂ ਉਹਨੂੰ ਮੰਗਾਰਿਆ ਨਹੀਂ ਜਾਂਦਾਗਾ ਸੰਘਰਸ਼ ਦੇ ਮੈਦਾਨ ਦੇ ਵਿੱਚ ਨਿੱਤਰ ਕੇ ਸਰਕਾਰ ਵਾਸਤੇ ਵਿਪਤਾ ਨਹੀਂ ਖੜੀ ਕੀਤੀ ਜਾਂਦੀ ਉਹਨਾਂ ਸਮਾਂ ਸਰਕਾਰ ਨੇ ਨਸ਼ਾ ਤਸਕਰੀ ਨੂੰ ਨੱਥ ਨਹੀਂ ਪਾਉਣੀਗੀ ਦੂਸਰਾ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਪੰਜਾਬ ਦੀ ਸਟੇਟ ਪਾਵਰ ਸਰਕਾਰ ਪ੍ਰਸ਼ਾਸਨ ਦੀ ਇੱਕ ਸਾਜਿਸ਼ ਰਹੀ ਹੈ ਪੁਰਾਣੀ ਪਹਿਲਾਂ ਦਹਿਸ਼ਤਗਰਦੀ ਦੇ ਦੌਰ 'ਚ ਖਾੜਕੂ ਕਹਿ ਕੇ ਨਕਸਲਾਈਟ ਕਹਿ ਕੇ ਜਵਾਨੀ ਦਾ ਘਾਣ ਕੀਤਾ ਤੇ ਅੱਜ ਗੈਂਗਵਾਰ ਤੇ ਨਸ਼ਾ ਤਸਕਰੀ ਦੇ ਰਾਹੀਂ ਜਵਾਨੀ ਦਾ ਘਾਣ ਕੀਤਾ ਜਾ ਰਿਹਾ ਸਾਜਿਸ਼ ਆ ਜੋ ਸਰਕਾਰ ਦੀ ਜਵਾਨੀ ਦਾ ਘਾਣ ਕਰਨ ਦੀ ਉਹਦਾ ਇੱਕ ਹਿੱਸਾ ਨਸ਼ਾ ਤਸਕਰੀ ਇਹਨੂੰ ਇਹ ਤੋਂ ਤੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਹੈਗਾ ਤੀਸਰਾ ਅਸੀਂ ਲੋਕ ਜਦੋਂ ਨਸ਼ਾ ਤਸਕਰੀ ਦੇ ਖਿਲਾਫ ਲੜਦੇ ਹਾਂ ਸਾਡੇ ਸਾਹਮਣੇ ਸਮੱਸਿਆ ਇਹ ਆ ਕਿ ਜਦੋਂ ਅਸੀਂ ਕਿਸੇ ਪਿੰਡ ਦੇ ਵਿੱਚ ਮੀਟਿੰਗ ਰੈਲੀ ਬੁਲਾਉਂਦੇ ਹਾਂ ਤਾਂ ਉਹ ਨੌਜਵਾਨ ਜਿਹੜੇ ਸਾਡੀ ਮੀਟਿੰਗ ਰੈਲੀ ਦੇ ਵਿੱਚ ਆਉਂਦੇ ਆ ਉਹਨਾਂ ਦੇ ਮੂੰਹੋਂ ਸੁਣਨ ਨੂੰ ਮਿਲਦਾ ਜਾਂ ਆਪਦੇ ਅੱਖੀਂ ਵੀ ਅਸੀਂ ਦੇਖਦੇ ਹਾਂ ਕਿ ਮਰਨ ਵਾਲੇ ਵੀ ਨੌਜਵਾਨ ਆ ਨਸ਼ੇ ਨਾਲ ਪਰ ਵੱਡੇ ਮਗਰਮੱਛ ਜਿਹੜੇ ਨਸ਼ਾ ਸਮਗਲਰ ਆ ਉਹਨਾਂ ਵਾਸਤੇ ਪਿੰਡਾਂ ਦੇ ਵਿੱਚ ਨਸ਼ਾ ਵੇਚਣ ਵਾਸਤੇ ਜੋ ਚੇਨ ਆ ਉਹ ਵੀ ਪਿੰਡਾਂ ਦੇ ਨੌਜਵਾਨ ਹੀ ਬਣੇ ਹੋਏ ਆ ਕਹਿਣ ਦਾ ਮਤਲਬ ਕਿ ਨਸ਼ੇ ਨਾਲ ਮਰਨ ਵਾਲਾ ਪੀੜਤ ਵੀ ਨੌਜਵਾਨ ਆ ਤੇ ਨਸ਼ਾ ਵੇਚਣ ਵਾਲਾ ਮੁਜਰਮ ਵੀ ਪੰਜਾਬ ਦਾ ਨੌਜਵਾਨ ਹੀ ਆ ਜਿਵੇਂ ਕਬੱਡੀ ਖਿਡਾਰੀ ਚੌਕੇ ਪਿੰਡ ਦਾ ਹਰਵਿੰਦਰ ਕੋਚ ਉਹਦਾ ਕਤਲ ਕਰਨ ਵਾਲੇ ਕੋਈ 18 ਸਾਲ ਦਾ ਕੋਈ 19 ਸਾਲਾਂ ਦਾ ਨੌਜਵਾਨ ਆ ਉਹ ਨਸ਼ਾ ਤਸਕਰ ਆ ਇਸੇ ਤਰ੍ਹਾਂ ਹੀ ਜਿੱਥੇ ਜਿੱਥੇ ਵੀ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਉੱਥੇ ਘਾਣ ਕਰਨ ਵਾਲਿਆਂ ਦੇ ਵਿੱਚ ਵੀ ਨੌਜਵਾਨ ਸ਼ਾਮਲ ਆ ਸਾਡੇ ਸਾਹਮਣੇ ਇਹ ਵਿਪਤਾ ਸਾਡੇ ਸਾਹਮਣੇ ਇਹ ਸਮੱਸਿਆ ਕਿ ਕਿਸ ਤਰ੍ਹਾਂ ਜਵਾਨੀ ਨੂੰ ਇਸ ਪੁੱਠੇ ਪਾਸਿਓਂ ਤੋਂ ਹਟਾ ਕੇ ਜਿਹੜਾ ਚੰਗੇ ਪਾਸੇ ਲਾਇਆ ਜਾਵੇ ਸਰਕਾਰ ਆਪਦੇ ਹੱਥ ਠੋਕੇ ਬਣਾ ਕੇ ਨੌਜਵਾਨਾਂ ਦੇ ਹੱਥੋਂ ਨਸ਼ਾ ਤਸਕਰੀ ਦਾ ਕਾਰੋਬਾਰ ਕਰਵਾ ਰਹੀ ਹੈ ਪਰ ਪੰਜਾਬ ਦੇ ਵਿੱਚ ਉਹਨਾਂ ਮਰਜੀਵੜਿਆਂ ਦੀ ਪੰਜਾਬ ਦੇ ਵਿੱਚ ਉਹਨਾਂ ਦੁੱਲਿਆਂ ਦੀ ਘਾਟ ਨਹੀਂ ਜਿਹੜੇ ਇਹਦੇ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਹੁਣ ਉਹ ਜਾਨ ਜੋਖਮ 'ਚ ਵੀ ਪਾ ਰਹੇ ਆ ਉਹਨਾਂ 'ਤੇ ਗੋਲੀਆਂ ਵੀ ਚੱਲ ਰਹੀਆਂ ਪਰ ਨੌਜਵਾਨ ਹੀ ਆ ਪੰਜਾਬ ਦਾ ਜਿਹੜਾ ਨਸ਼ਾ ਤਸਕਰੀ ਦੇ ਖਿਲਾਫ਼ ਅੱਜ ਵੀ ਬੋਲ ਰਿਹਾ ਅੱਜ ਵੀ ਸਰਕਾਰ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਰਿਹਾ ਵੱਖ ਵੱਖ ਥਾਵਾਂ 'ਤੇ ਘਟਨਾਵਾਂ ਵਾਪਰ ਰਹੀਆਂ ਪਿਛਲੇ ਸਮੇਂ ਦਿਨੇ ਰਾਜਿਆਣਾ ਪਿੰਡ ਦੇ ਵਿੱਚ ਇੱਕ ਬੰਦਾ ਆਪਦੇ ਖੇਤ ਜਾਂਦਾ ਅਤੇ ਉਹਨੂੰ ਦੋ ਮੁੰਡੇ ਜਿਹੜੇ ਆ ਉਹ ਗੋਲੀਆਂ ਮਾਰ ਕੇ ਭੱਜ ਜਾਂਦੇ ਆ ਉਹ ਗੋਲੀਆਂ ਚਲਾਉਣ ਵਾਲੇ ਵੀ ਨਸ਼ਾ ਤਸਕਰੀ ਆ ਕਿਸੇ ਦੀ ਹਿਫਾਜ਼ਤ ਦੀ ਕੋਈ ਗਰੰਟੀ ਨਹੀਂ ਪ੍ਰਸ਼ਾਸਨ ਦੀ ਕਿਤੇ ਵੀ ਬੰਦਾ ਸੁਰੱਖਿਅਤ ਨਹੀਂ ਕਿਸੇ ਟਾਈਮ ਕਿਸੇ 'ਤੇ ਵੀ ਰਾਹ ਜਾਂਦੇ ਗੋਲੀ ਚਲਾਈ ਜਾ ਸਕਦੀ ਹੈ।